ਫਗਵਾੜਾ ਦੇ ਬੰਗਾ ਰੋਡ ਨਜ਼ਦੀਕ ਅਕਾਲੀ ਗੁਰਦੁਆਰੇ ਦੇ ਸਮੂਹ ਦੁਕਾਨਦਾਰਾਂ ਨੂੰ ਸੀਵਰੇਜ ਜਾਮ ਹੋਣ ਦੇ ਚੱਲਦੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ, ਪਰ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਸੀਵਰੇਜ ਦੇ ਬੰਦ ਹੋਣ ਨਾਲ ਜਿੱਥੇ ਉਹਨਾਂ ਦੀ ਦੁਕਾਨਦਾਰੀ 'ਤੇ ਅਸਰ ਮਾੜਾ ਪੈਂਦਾ ਹੈ, ਉੱਥੇ ਹੀ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਉਹਨਾਂ ਫਗਵਾੜਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਮੱਸਿਆ ਜੀ ਆਪਣੀ ਜੀ ਇਹੀ ਹੈ ਕਿ ਇੱਥੇ ਸੀਵਰੇਜ ਠੀਕੇ ਹੁੰਦਾ ਜੀ, ਅਤੇ ਜਦੋਂ ਜਾਓ ਜੀ ਉਹ ਕਹਿੰਦੇ ਕਿ ਮੋਹਰੇ ਖਾਣਾ ਗਿਆ ਕਿਹਨਾਂ ਵਾਲੇ ਹੈਗੇ ਆ ਜੀ, ਉੱਥੋਂ ਹੋਇਆ ਬੰਦ ਜੀ, ਹਮੇਸ਼ਾ ਉੱਥੋਂ ਹੀ ਹੁੰਦਾ ਜੀ ਬੰਦ, ਹਮੇਸ਼ਾ ਉੱਥੋਂ ਬੰਦ ਹੋਇਆ, ਕਦੀ ਇੱਥੋਂ ਕਦੀ ਨਹੀਂ ਜੀ ਹੋਇਆ ਬੰਦ। ਕਿੰਨਾ ਕੁਛ ਕੈਦ ਕਰਕੇ ਆਏ ਤੁਸੀਂ? ਅਸੀਂ ਜੀ ਆਪਣੇ ਐਸ ਜੀ ਸਾਹਿਬ ਤੋਂ ਅੱਗੇ ਅਸੀਂ ਜਾ ਕੇ ਆਏ ਜੀ। ਹੁਣ ਕੀ ਮੰਗ ਕਰਦੇ ਤੁਸੀਂ? ਹੁਣ ਮੰਗ ਜੀ ਅਸੀਂ ਇਹੀ ਕਰਦੇ ਕਿ ਇੱਥੋਂ ਜੇ ਸਾਫ਼ ਹੋ ਜਾਈਏ ਆਪਣਾ ਗੱਡਾ। ਹਾਂਜੀ, 2 ਮਿੰਟ ਤੋਂ ਉੱਪਰ ਹੋ ਗਏ ਜੀ। ਠੀਕ ਨੇ, ਜੋ ਇਲੈਕਸ਼ਨ ਟਾਈਮ ਤੋਂ ਸਾਰੇ ਆ ਜਾਂਦੇ, ਆ ਕੇ ਗਲੀ ਨਵੀਂ ਬਣਾਵਾਂਗੇ ਜੀ, ਫਿਰ ਉਹ ਕਰਾਂਗੇ ਜੀ, ਉਹ ਕਰਾਂਗੇ, ਨਾ ਸਾਡੀ ਗਲੀ ਬਣੀ ਹੈ ਅਤੇ ਨਾ ਵੋਟਾਂ ਲੈਣ ਦੇ ਮਾਰੇ ਆ ਜਾਂਦੇ ਇੱਥੇ। ਵੋਟਾਂ ਲੈਣ ਕਰਕੇ ਇੱਥੇ ਆ ਜਾਣਾ। ਐਸ ਡੀ ਓ ਸਾਹਿਬ ਕੋਲ ਮੈਂ ਰੋਜ਼ ਜਾਂਦਾ ਸਵੇਰ ਨੂੰ। ਹਾਂਜੀ, ਕਰਾਉਂਦੇ ਹਾਂ ਜੀ, ਕਰਦੇ ਹਾਂ ਜੀ, ਕੋਈ ਨਹੀਂ ਆਉਂਦਾ ਹੈਗਾ, ਕੋਈ ਦੇਖਦਾ ਨਹੀਂ, ਬਸ ਆਉਂਦੇ ਦੇਖ ਕੇ ਚੱਲ ਜਾਂਦੇ। ਹਾਂਜੀ, ਘੰਟੇ ਮੈਂ ਮਸ਼ੀਨ, ਉਹ ਮਸ਼ੀਨ ਨਹੀਂ ਨਾ ਜੀ ਆਈ ਹੈ, 2 ਮਹੀਨੇ ਹੋ ਗਏ ਆ। ਤੁਹਾਨੂੰ ਕੀ ਲੱਗ ਰਿਹਾ ਪਾਣੀ ਕਿਉਂ ਖੜਾ ਹੁੰਦਾ ਇੱਥੇ? ਭਾਅ ਜੀ, ਸੀਵਰੇਜ ਬੰਦ ਵਾ, ਸੀਵਰੇਜ ਬੰਦ ਆ, ਪਾਣੀ ਤਾਂ ਖੜਾ ਹੁੰਦਾ ਆ। ਕੋਈ ਲਿਖੀ ਨਹੀਂ? ਕੋਈ ਲਿਖੀ ਸ਼ਿਕਾਇਤ ਦਿੱਤੀ ਤੁਸੀਂ ਕੋਈ? ਭਾਅ ਜੀ, ਲਿਖੀ ਗਈ ਆ, ਰੋਜ਼ ਜਾਂਦਾ ਮੈਂ ਬਿਨ ਨਾਗਾ, ਮਸ਼ੀਨ ਆਉਂਦੀ ਆ ਜਾਂਦੀ ਆ, ਬਸ ਇਹ ਆ, ਸਮਝ ਜਾਂਦੀ ਮਸ਼ੀਨ ਆਉਂਦੀ ਕੀ ਕਰਦੀ ਆ, ਮਸ਼ੀਨ ਖੜੀ ਕਰਕੇ ਲੈ ਜਾਂਦੇ ਆ। ਕਿਹੜਾ ਬਾਜ਼ਾਰ ਪੈਂਦਾ ਇਹ? ਇਹ ਅਕਾਲੀ ਗੁਰਦੁਆਰਾ ਬੰਗਾ ਰੋਡ ਪੈਂਦਾ ਜੀ। ਹੋਰ ਕੀ ਮੰਗ ਕਰਦੇ ਤੁਸੀਂ? ਮੰਗ ਇਹ ਕਰਦੇ, ਸਾਡੇ ਸਾਰੀ ਗਲੀ ਸਫਾਈ ਕਰਾਓ, ਸੀਵਰੇਜ ਚੈੱਕ ਕਰੋ,